ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਝੋਨੇ ਦੀ ਪਰਾਲੀ ਸਾੜਨ ਵਾਲੇ ਕਿਸਾਨਾਂ ਖਿਲਾਫ ਪੰਜਾਬ ਹਰਿਆਣਾ ਹਾਈ ਕੋਰਟ ਦੇ ਕੜੇ ਦਿਸ਼ਾ ਨਿਰਦੇਸ਼। ਤੇ ਜਿੱਥੇ ਜਿੱਥੇ ਵੀ ਅੱਗ ਲੱਗਦੀ ਹੈ ਉੱਥੇ ਜਾ ਕੇ ਟੀਮਾਂ ਸਾਡੀਆਂ ਜਾ ਕੇ ਫਾਰਮਰਸ ਨੂੰ ਉਹਨਾਂ ਨੂੰ ਉਹਦੇ ਬਾਰੇ ਜਿਹੜੀ ਜਾਣਕਾਰੀ ਦਿੰਦੇ, ਇਹਦੇ ਜਿਹੜੇ ਵੀ ਮਾੜੇ ਪ੍ਰਭਾਵ ਹੈ ਤੇ ਜਿਹੜੇ ਬਣਦਾ ਐਕਸ਼ਨ ਹੈ ਉਹ ਵੀ ਲਿਆ ਜਾਂਦਾ ਹੈ। ਧੂੰਆਂ ਸੜਕ 'ਤੇ ਆ ਜਾਂਦਾ ਕਿਉਂਕਿ ਸਾਰੀ ਪੈਲੀਆਂ ਜਿਹੜੀ ਸੜਕ ਦੇ ਨਾਲ ਨੇ ਉਹਨਾਂ ਦਾ ਹਵਾ ਦੇ ਨਾਲ ਧੂੰਆਂ ਆਉਂਦਾ ਤਾਂ ਉਹ 'ਚ ਜਿਹੜੀ ਵਿਜ਼ਿਬਿਲਿਟੀ ਹੈ ਉਹ ਬਹੁਤ ਘੱਟ ਜਾਂਦੀ ਹੈ ਅਤੇ ਐਕਸੀਡੈਂਟ ਹੁੰਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰੇ, ਤੁਸੀਂ ਸਭ ਬਾਖੂਬੀ ਜਾਣਦੇ ਹੋ ਕਿ ਝੋਨੇ ਦੀ ਵਾਢੀ ਤੋਂ ਬਾਅਦ ਬਹੁਤ ਸਾਰੇ ਪੰਜਾਬ ਦੇ ਕਿਸਾਨ ਅਜਿਹੇ ਨੇ ਜੋ ਝੋਨੇ ਦੀ ਪਰਾਲੀ ਨੂੰ ਅੱਗ ਲਾ ਕੇ ਵਾਤਾਵਰਣ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਉਂਦੇ ਨੇ। ਜ਼ਿਲ੍ਹਾ ਤਰਨ ਤਾਰਨ ਵਿੱਚ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਾਉਣ ਵਾਲੇ 31 ਕਿਸਾਨਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਸ ਵਾਰ ਪੰਜਾਬ ਅੰਦਰ ਪ੍ਰਦੂਸ਼ਣ ਨੂੰ ਰੋਕਣ ਲਈ ਵੱਡੇ ਪੱਧਰ 'ਤੇ ਪੰਜਾਬ ਅੰਦਰ ਕਿਸਾਨਾਂ ਵੱਲੋਂ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਨੂੰ ਵੱਡੇ ਪੱਧਰ 'ਤੇ ਅੱਗ ਲਾਈ ਜਾ ਰਹੀ ਸੀ, ਜਿਸ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਪੰਜਾਬ ਅੰਦਰ 8,000 ਕਰੀਬ ਨੋਡਲ ਅਫਸਰ ਅਤੇ ਖੇਤੀਬਾੜੀ ਵਿਭਾਗ ਅਤੇ ਪੰਜਾਬ ਪੁਲਿਸ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਜੇਕਰ ਕੋਈ ਵੀ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਗਾਉਂਦਾ ਹੈ ਉਸ ਦੇ ਖਿਲਾਫ਼ ਤੁਰੰਤ ਥਾਣੇ ਵਿੱਚ ਮਾਮਲਾ ਦਰਜ ਕੀਤਾ ਜਾਵੇ। ਜੋ ਜ਼ਿਲ੍ਹਾ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਵੱਲੋਂ ਸਖ਼ਤੀ ਵਰਤੇ ਜਾਣ ਤੇ ਹੁਣ ਤੱਕ 31 ਕਿਸਾਨਾਂ ਅਤੇ ਜੋ ਕੰਬਾਈਨਾਂ SM ਸ਼ਟਰਾਂ ਨਾ ਲਾਉਣ ਵੱਖ-ਵੱਖ ਥਾਣਿਆਂ ਵਿੱਚ ਮਾਮਲੇ ਦਰਜ ਕੀਤੇ ਗਏ ਹਨ। ਪਰਾਲੀ ਨੂੰ ਅੱਗ ਲਾਉਣ ਕਰਕੇ ਜੀ ਧੂੰਆਂ ਹੁੰਦਾ। ਸਭ ਤੋਂ ਪਹਿਲੇ ਤਾਂ ਕਈ ਵਾਰੀ ਧੂੰਆਂ ਸੜਕ 'ਤੇ ਆ ਜਾਂਦਾ ਕਿਉਂਕਿ ਸਾਰੀ ਪੈਲੀਆਂ ਜਿਹੜੀ ਸੜਕ ਦੇ ਨਾਲ ਨੇ ਉਹਨਾਂ ਦਾ ਹਵਾ ਦੇ ਨਾਲ ਧੂੰਆਂ ਆਉਂਦਾ ਤਾਂ ਉਹ 'ਚ ਜਿਹੜੀ ਵਿਜ਼ਿਬਿਲਿਟੀ ਹੈ ਉਹ ਬਹੁਤ ਘੱਟ ਜਾਂਦੀ ਹੈ ਅਤੇ ਐਕਸੀਡੈਂਟ ਹੁੰਦੇ ਨੇ, ਜਿਹਦੇ ਕਰਕੇ ਲੋਕਾਂ ਦੀ ਜਾਨ ਗਈਆਂ, ਹੱਡ ਪੈਰ ਵੀ ਟੁੱਟਦੇ ਨੇ। ਦੂਜੀ ਜਿਹੜੀ ਇਹਦੀ ਸਭ ਤੋਂ ਮਾੜੀ ਗੱਲ ਹੁੰਦੀ ਹੈ ਧੂੰਏ ਦੀ, ਉਹ ਇਹ ਹੈ ਕਿ ਪੋਲਿਊਸ਼ਨ ਬਹੁਤ ਕਰਦਾ ਅਤੇ ਹਵਾ ਦੇ ਨਾਲ ਜਿਹੜੀ ਪਰਾਲੀ ਅਸੀਂ ਇੱਥੇ ਸਾੜਦੇ ਹਾਂ ਉਹ 100 ਕਿਲੋਮੀਟਰ 200 ਕਿਲੋਮੀਟਰ ਤੱਕ ਵੀ ਇਹ ਧੂੰਆਂ ਜਾ ਸਕਦਾ। ਔਰ ਜਦ ਅਸੀਂ ਸਾਹ ਲੈਂਦੇ ਹਾਂ ਤਾਂ ਧੂੰਏ ਦੇ ਨਾਲ ਜਿਹੜੇ ਪਾਰਟੀਕਲਸ ਹੁੰਦੇ ਨੇ ਉਹ ਸਾਡੇ ਫੇਫੜਿਆਂ 'ਚ ਜਾਂਦੇ ਨੇ ਤਾਂ ਉਹਦੇ ਕਰਕੇ ਅਸਥਮਾ ਹੋ ਸਕਦਾ ਹੈ ਜੀ, ਐਲਰਜੀਕ ਜਿਹੜੀ ਬਿਮਾਰੀਆਂ ਉਹ ਹੋ ਸਕਦੀਆਂ। ਔਰ ਬੱਚੇ ਖਾਸ ਕਰ ਜਿਹੜਾ ਇੰਸੀਡੈਂਟ ਹੈ ਜਿੱਦਾਂ ਦਮੇ ਦਾ ਪੰਜਾਬ 'ਚ ਬੱਚਿਆਂ 'ਚ ਉਹ ਵੱਧ ਗਿਆ ਹੈ ਇਹਨਾਂ ਕਾਰਨਾਂ ਕਰਕੇ ਜਿਹੜੀ ਪੋਲਿਊਸ਼ਨ ਹੁੰਦੀ ਹੈ। ਇੱਕ ਜਦ ਇਹ ਸਕਿਨ ਦੇ ਕੰਟੈਕਟ 'ਚ ਆਉਂਦੇ ਨੇ ਇਹਦੇ ਨਾਲ ਤਾਂ ਉਹ ਐਲਰਜੀ ਸਕਿਨ 'ਤੇ ਵੀ ਕਰ ਸਕਦੇ ਨੇ ਔਰ ਉਹਨੂੰ ਵੀ ਡੈਮੇਜ ਕਰ ਸਕਦੇ ਨੇ। ਇਸ ਕਰਕੇ ਇਹ ਜਿਹੜੀ ਪ੍ਰੈਕਟਿਸ ਹੈ ਇਹਨੂੰ ਸਾੜਨ ਟਾਈਮ ਬਚਾਉਣ ਲਈ ਜੱਟ ਕਰਦਾ, ਜਿਹੜਾ ਕਿ ਬਿਲਕੁਲ ਨਹੀਂ ਕਰਨੀ ਚਾਹੀਦੀ। ਸਾੜਨ ਦਾ ਸੰਬੰਧ ਹੈ ਉਸ ਦੇ ਵਿੱਚ ਪਹਿਲਾਂ ਤਾਂ ਜ਼ਿਲ੍ਹੇ ਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਅਸੀਂ ਅਵੇਅਰਨੈਸ ਕੰਪੇਨ ਚਲਾਈ ਸੀ, ਜਿਸ ਦੇ ਵਿੱਚ 3 ਜਿਹੜੇ ਡਿਸਟ੍ਰਿਕਟ ਲੈਵਲ ਦੇ ਜਿਹੜੇ ਕੈਂਪ ਹੈ ਉਹ ਔਰਗੇਨਾਈਜ਼ ਕੀਤੇ ਗਏ, ਜਿਹੜਾ ਕਿ ਇੱਕ 2 ਕੈਂਪ ਜਿਹੜੇ ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਇੱਕ ਜਿਹੜਾ ਸਾਡਾ ਜਿਹੜਾ ਚੀਫ ਐਗਰੀਕਲਚਰ ਡਿਪਾਰਟਮੈਂਟ ਉਹਦੇ ਨਾਲ ਕੀਤਾ ਗਿਆ। ਉਸ ਤੋਂ ਇਲਾਵਾ ਜਿਹੜਾ ਸੀਗਾ ਬਲੋਕ ਲੈਵਲ ਦੇ ਉੱਤੇ 8 ਕੈਂਪ ਬਲੋਕ ਲੈਵਲ 'ਤੇ ਲਾਏ ਗਏ ਅਤੇ 120 ਕੈਂਪ ਜਿਹੜੇ ਉਹ ਪਿੰਡਾਂ ਦੇ ਵਿੱਚ ਲਾਏ ਗਏ। ਜ਼ਿਲ੍ਹੇ ਦੇ ਵਿੱਚ ਸਾਡੇ 499 ਪਿੰਡਾਂ ਦੇ ਵਿੱਚ ਸਾਰੇ ਪਿੰਡਾਂ ਦੇ ਵਿੱਚ ਇੱਕ ਜਿਹੜਾ ਨੋਡਲ ਅਫਸਰ ਲੱਗਿਆ ਹੋਇਆ, ਇਹਦੇ ਨਾਲ ਕਲੱਸਟਰ ਵੀ ਬਣੇ ਪਏ ਨੇ, ਕਲੱਸਟਰ ਇੰਚਾਰਜ ਵੀ ਬਣੇ ਪਏ ਨੇ। ਉਹ ਸਾਰਿਆਂ ਦੀ ਰੈਗੂਲਰਲੀ ਮੀਟਿੰਗ ਜਿਹੜੀਆਂ ਕੀਤੀਆਂ ਜਾਂਦੀਆਂ ਹੈ ਅਤੇ ਜਿੱਥੇ ਜਿੱਥੇ ਵੀ ਅੱਗ ਲੱਗਦੀ ਹੈ ਉੱਥੇ ਜਾ ਕੇ ਟੀਮਾਂ ਸਾਡੀਆਂ ਜਾ ਕੇ ਫਾਰਮਰਸ ਨੂੰ ਉਹਨਾਂ ਨੂੰ ਉਹਦੇ ਬਾਰੇ ਜਿਹੜੀ ਜਾਣਕਾਰੀ ਦਿੰਦੇ, ਇਹਦੇ ਜਿਹੜੇ ਵੀ ਮਾੜੇ ਪ੍ਰਭਾਵ ਹੈ
ਅਤੇ ਜਿਹੜੇ ਵਾਂਦਾ ਐਕਸ਼ਨ ਹੈ ਉਹ ਵੀ ਲਿਆ ਜਾਂਦਾ ਹੈ। ਜਿੱਦਾਂ ਕੁਛ ਰੈੱਡ ਐਂਟਰੀ ਕੀਤੀ ਜਾਣੀ ਹੈ ਉਹਨਾਂ ਦੀਆਂ ਰੈੱਡ ਐਂਟਰੀਆਂ ਵੀ ਕੀਤੀਆਂ ਜਾਂਦੀਆਂ, 100 ਤੋਂ ਵੱਧ ਕੇਸ ਇਸ ਤਰ੍ਹਾਂ ਦੇ ਹੈ ਜਿਨ੍ਹਾਂ ਦੇ ਵਿੱਚ ਰੈੱਡ ਐਂਟਰੀ ਕੀਤੀ ਜਾ ਚੁੱਕੀ ਹੈ। ਇਸੇ ਤਰ੍ਹਾਂ ਜਿਹੜੇ ਹੈ ਕੁਛ ਕੇਸਾਂ ਦੇ ਵਿੱਚ ਜਿਹੜੀ ਹੈ ਐੱਫ ਆਈ ਆਰ ਵੀ ਦਰਜ ਕਰਵਾਈ ਗਈ ਹੈ, ਅਤੇ ਨਾਲ ਨਾਲ ਜਿਹੜਾ ਇੱਕ ਹੋਰ ਕੰਮ ਜਿਹੜਾ ਕੀਤਾ ਜਾ ਰਿਹਾ ਹੈ ਉਹ ਹੈ ਇਨਵਾਇਰਮੈਂਟ ਕੋਸਟ, ਇਨਵਾਇਰਮੈਂਟਲ ਕੋਸਟ ਵੀ ਜਿਹੜੀ ਹੈ ਉਹ ਵੀ ਪਾਈ ਜਾ ਰਹੀ ਹੈ। ਜਿਹੜੇ ਕੇਸ ਹੈ ਜਿਹੜੇ ਜਿੱਥੇ ਕਿ ਕੰਬਾਈਨ ਜਿਹੜੀ ਬਿਨਾਂ ਐੱਸ ਐੱਮ ਐੱਸ ਤੋਂ ਜਿਨ੍ਹਾਂ ਨੇ ਚਲਾਈ ਹੈ ਉਹ ਜਾਂ ਜਿਨ੍ਹਾਂ ਨੇ ਅੱਗ ਲਾਈ ਹੈ ਉਹਨਾਂ ਦੇ 31 ਕੇਸ ਜਿਹੜੇ ਹੈਗੇ ਉਹ ਵੀ ਭੇਜੇ ਗਏ ਹੈ। ਬੇਸ਼ੱਕ ਜ਼ਿਲ੍ਹਾ ਤਰਨ ਤਾਰਨ ਵਿੱਚ ਸਰਕਾਰ ਵੱਲੋਂ ਕਈ ਕੈਂਪ ਲਗਾਏ ਜਾ ਰਹੇ ਨੇ ਜਿਸ ਦੇ ਵਿੱਚ ਕਿਸਾਨਾਂ ਨੂੰ ਜਾਗਰੂਕ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਆਖਿਰ ਉਹ ਪਰਾਲੀ ਦੀ ਸਾਂਭ ਸੰਭਾਲ ਕਿੱਦਾਂ ਕਰ ਸਕਣ ਅਤੇ ਕਿੱਦਾਂ ਅਸੀਂ ਪ੍ਰਦੂਸ਼ਣ ਨੂੰ ਰੋਕ ਸਕਦੇ ਹਾਂ। ਹੁਣ ਵੇਖਣਾ ਇਹ ਹੋਵੇਗਾ ਕਿ ਕਿਸਾਨ ਸਰਕਾਰ ਦੀਆਂ ਦਿੱਤੀਆਂ ਹਦਾਇਤਾਂ ਮੰਨਦੇ ਨੇ ਜਾਂ ਜਿਸ ਤਰੀਕੇ ਨਾਲ ਪਹਿਲਾਂ ਵਾਤਾਵਰਨ ਪ੍ਰਦੂਸ਼ਿਤ ਕਰਦੇ ਆ ਰਹੇ ਸਨ ਪਰਾਲੀ ਨੂੰ ਸਾੜ ਕੇ ਉਸੇ ਤਰ੍ਹਾਂ ਇਹ ਬਾਦਸਤੂਰ ਜਾਰੀ ਰਹਿੰਦਾ ਹੈ। ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਹੋ ਆਪਣੇ ਵਿਚਾਰ ਨੀਚੇ ਕਮੈਂਟ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਗੁਰਬਾਣੀ ਅਖੰਡ ਬਾਣੀ ਵਾਸਤੇ ਤਰਨ ਤਾਰਨ ਤੋਂ ਜਸਵੀਰ ਸਿੰਘ ਲੱਡੂ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।